ਤੁਸੀਂ ਜਾਪ ਸਾਹਿਬ ਨਹੀਂ ਪੜ੍ਹਦੇ, ਤੁਸੀਂ ਚੌਪੀ ਸਾਹਿਬ ਨਹੀਂ ਕਰਦੇ, ਤੁਸੀਂ ਅਕਾਲ ਉਸਤਤ ਨਹੀਂ ਪੜ੍ਹਦੇ, ਤੁਸੀਂ ਵਿਚਿੱਤਰ ਨਾਟਕ ਨਹੀਂ ਪੜ੍ਹਦੇ, ਤੁਸੀਂ ਸ਼ਸਤਰ ਨਾਮ ਵਾਲਾ ਨਹੀਂ ਪੜ੍ਹਦੇ, ਤੁਸੀਂ ਭਗਵਤੀ ਸਤੋਤਰ ਨਹੀਂ ਪੜ੍ਹਦੇ, ਤੇ ਦੁਸ਼ਮਣ ਨੂੰ ਲੱਭ ਗਿਆ ਰਸਤਾ ਵੀ ਖਾਲਸਾ ਅੱਛਾ ਇਹਦੇ ਕਰਕੇ ਦਲਿੱਦਰੀ ਹੁੰਦਾ। ਉਹ ਕਹਿੰਦੇ ਦਸਮ ਬਾਣੀ ਨਹੀਂ, ਕਿਉਂ ਉਹਨਾਂ ਨੂੰ ਤਾਂ ਚਾਹੀਦੇ ਹੀ। ਜਿਵੇਂ ਕੋਈ ਪਿੱਛੇ ਜੇ ਇੱਕ ਕਹਾਣੀ ਆਈ ਸੀ ਸੱਚੀ ਵੀ ਉਹ ਕਹਿੰਦੇ ਵੀ ਤਾਂ ਬੰਦਾ ਮਾਰਿਆ ਕਿੱਦਾਂ, ਹੌਲੀ ਹੌਲੀ ਪਤਾ ਲੱਗ ਜਾਂਦਾ। ਉਹ ਕੋਈ ਦੋਸਤ ਸੀ, ਉਹਨੇ ਅਮਰੀਕਾ 'ਚ ਆਪਣਾ ਦੋਸਤ ਰੱਖ ਲਿਆ ਨਾਲ, ਉਹ ਬੰਦੇ ਨੇ ਦੇਖਿਆ ਵੀ ਘਰ ਵਾਲੀ ਵੀ ਅੱਛੀ ਹੈ, ਜਾਇਦਾਦ ਵੀ ਅੱਛੀ ਹੈ, ਬੰਦੇ ਨੂੰ ਸਾਹ ਦੀ ਬਿਮਾਰੀ ਹੈ, ਵੀ ਜੇ ਬੰਦਾ ਮਰ ਜਾਵੇ ਨਾ ਸਾਰੇ ਤੇ ਮੈਂ ਕਬਜ਼ਾ ਕਰ ਲੂੰਗਾ। ਉਹ ਬੰਦੇ ਨੂੰ ਹੌਲੀ ਹੌਲੀ ਪ੍ਰੇਰਨਾ ਦੇ ਕੇ ਵੀ ਕਹਿੰਦਾ ਆਪਾਂ ਉੱਥੇ ਬਰਫ਼ ਪੈਂਦੀ ਹੈ, ਉਹ ਪਹਾੜਾਂ 'ਚ ਚੱਲਦੇ ਹੈ, ਉਹ ਕਹੇ ਮੈਨੂੰ ਨਹੀਂ ਸਾਹ ਦੀ ਤਕਲੀਫ, ਕਹਿੰਦਾ ਨਹੀਂ ਆਪਾਂ ਉਹ ਸਾਹ ਉਹ ਲੈ ਚੱਲਾਂਗੇ ਜਿਹੜੇ ਸੁੰਘਦੇ ਜੇ ਹੁੰਦੇ ਕੀ ਮੂੰਹ 'ਚ ਪਾ ਕੇ ਕਰ ਦੇਣ, ਪੰਪ ਜਿਹਾ ਲੈ ਜਾਂਗੇ। ਉਹ ਬੰਦੇ ਨੇ ਪੂਰੀ ਕਰਕੇ ਉਹ ਜਿੰਨੇ ਖਾਲੀ ਪੰਪ 'ਚ ਸਾਰੇ ਰੱਖ ਲਏ, ਭਰਿਆ ਹੋਇਆ ਕੋਈ ਵੀ ਨਾ ਲੈ ਕੇ ਗਿਆ। ਉਹ ਪਹਾੜਾਂ 'ਚ ਗਏ, ਹੁਣ ਬੰਦੇ ਨੂੰ ਸਾਹ ਦੀ ਤਕਲੀਫ ਹੋਈ, ਉਹ ਪੰਪ ਜੈਸ ਉਹ ਐਂ ਕਰੇ ਉਹ ਚੱਲੇ ਨਾ, ਫਿਰ ਦੂਜਾ ਉਹ ਹੋ ਮੈਂ ਤਾਂ ਸਾਰੇ ਰੱਖੇ ਸੀ, ਲਓ ਜੀ ਬੰਦਾ ਮਰ ਗਿਆ। ਉਹ ਹੁਣ ਉੱਧਰਲੀ ਪੁਲਿਸ ਬਹੁਤ ਤੇਜ਼ ਆ, ਕੱਢ ਲਈ ਇਨਕੁਆਇਰੀ ਵੀ ਇਹ ਤਾਂ ਕੰਮ ਹੋ ਰਹੀ ਆ, ਤੁਹਾਡੇ ਨਾਲ ਐਂ ਕਰਦੇ ਆ, ਦਸਮ ਤਾਂ ਬਾਣੀ ਨਹੀਂ, ਮਾਰਨਗੇ ਤੁਹਾਨੂੰ, ਇਹੀ ਤਾਂ ਬਾਣੀ ਆ, ਆਹ ਘੜੀ ਆ ਨਾ ਹੁਣ ਦਿਖਾਈ, ਇਹਦੇ 'ਚ ਸੈੱਲ ਕੱਢ ਲਓ ਘੜੀ ਬੰਦ ਹੋਜੂ, ਖਾਲਸੇ 'ਚ ਜੋ ਦਸਮ ਪਾਸੇ ਹੋ ਗਿਆ ਖਾਲਸਾ ਨਹੀਂ ਰਹਿਣਾ, ਇਹ ਤਾਂ ਉਹੀ ਪੁਰਾਣਾ ਸਾਧ ਜਿਹਾ ਬਣ ਜੂਗਾ, ਕੁੱਟੀ ਜਾਓ ਇਹਨੂੰ ਫੜ ਕੇ। ਰਾਵਣ ਵੇਲੇ ਕੀ ਹੋਇਆ, ਰਾਵਣ ਵੇਲੇ ਸਾਰੇ ਸਾਧਾਂ ਨੂੰ ਰਾਵਣ ਨੇ ਕੀ ਟੈਕਸ ਲਾਇਆ, ਕਹਿੰਦਾ ਭਾਵੇਂ ਜੰਗਲ 'ਚ ਹੀ ਬੈਠਦੇ ਹੋ, ਰਾਜ ਤਾਂ ਮੇਰਾ, ਪੱਤੇ ਤਾਂ ਮੇਰੇ ਦਰਖਤਾਂ ਦੇ ਖਾਂਦੇ ਹੋ, ਟੈਕਸ ਦਓ। ਉਹ ਬਥੇਰਾ ਕਹਿਣ ਟੈਕਸ ਕਿੱਥੋਂ, ਸਾਡੇ ਕੋਲ ਕਿਹੜਾ ਪੈਸੇ ਨੇ, ਕਹਿੰਦਾ ਫਿਰ ਖੂਨ ਪਿਆਓ ਸਾਨੂੰ। ਰਿਸ਼ੀਆਂ ਮੁਨੀਆਂ ਦਾ ਖੂਨ ਕੱਢ ਕੱਢ ਕੇ ਰਾਵਣ ਨੇ ਪੀਤਾ, ਫਿਰ ਗੱਲ ਕਿੱਥੋਂ ਸੈੱਟ ਆਈ, ਸ਼ਸਤਰਾਂ ਤੋਂ। ਫਿਰ ਰਾਮ ਚੰਦਰ ਜੀ ਗਏ, ਫਿਰ ਚੱਲੇ ਨਾ ਸ਼ਸਤਰ, ਤਾਂਹੀਓ ਗੱਲ ਬਣੀ, ਕੰਸ ਕਿਤੇ ਸੈੱਟ ਆਉਂਦਾ ਸੀ ਸ਼ਸਤਰਾਂ ਬਿਨਾਂ। ਇਸ ਕਰਕੇ ਜੇ ਤੁਸੀਂ ਦਸਮ ਨੂੰ ਛੱਡਤਾ, ਤੁਸੀਂ ਦਲਿੱਦਰੀ ਹੋ ਜਾਣਾ, ਆਲਸੀ ਹੋ ਜਾਣਾ, ਤੁਹਾਡੇ 'ਤੇ ਕੋਈ ਕਿਰਪਾ ਨਹੀਂ ਹੋਣੀ, ਫਿਰ ਆ ਜਿਹੜੇ ਪੀਰ ਜੇ ਨਾ ਤੁਹਾਨੂੰ ਘੇਰੀ ਰੱਖਣਾ, ਜਿਹਨੂੰ ਪੀਰ ਸ਼ਕੀਰ ਤੰਗ ਕਰਦੇ ਆ, ਬ੍ਰਹਮ ਕਵਚ ਦਾ ਪਾਠ ਕਰੋ 32 ਵਾਰੀ। ਆ ਇੱਥੇ ਸਿੰਘ ਲਾਗੇ ਰਹਿੰਦੇ ਆਪਣੇ, ਮੋਹਨ ਘੋਨ ਸੀ ਪਹਿਲਾਂ, ਸੀ ਬ੍ਰਹਮ ਕਵਚ ਦੀ ਉਹਨਾਂ ਨੂੰ ਬਾਣੀ ਦੇ ਦਿੱਤੀ, ਉਹਨਾਂ ਦੇ ਘਰ ਬਣੇ ਸੀ ਮੱਠ। ਉਹ ਕਹਿੰਦਾ ਅਸੀਂ ਜਦੋਂ ਘਰੇ ਸਾਰਾ ਦਿਨ ਦਸਮ ਦੀ ਬਾਣੀ ਚੱਲਦੀ ਰਹੀ, ਮੱਠਾਂ ਦੇ ਕੋਲ ਬਹਿ ਕੇ ਵੀ ਅਸੀਂ ਬਾਣੀ ਪੜ੍ਹੀ ਗਏ, ਸਾਧ ਸੰਗਤ ਮੱਠਾਂ ਦੇ ਧਮਾਕੇ ਪੈ ਗਏ, ਫਟ ਗਏ ਆਪੇ ਹੀ, ਅੱਗ ਲੱਗਦੀ ਉਹਨਾਂ ਨੂੰ ਫਿਰ। ਔਰ ਉਹ ਕਹਿੰਦਾ ਮੇਰੀ ਪਤਨੀ ਦੀ ਗੱਲ ਸੁਣਾਉਣੀ ਪੈਂਦੀ ਆ, ਬੱਚੇਦਾਨੀ ਡਾਕਟਰਾਂ ਨੇ ਕੱਢਤੀ ਵੀ ਇਹਨਾਂ ਦੀ ਔਲਾਦ ਨਹੀਂ ਹੋਣੀ, ਪਹਿਲਾਂ 2 ਬੱਚੇ ਮਰ ਚੁੱਕੇ ਸੀ। ਕਹਿੰਦਾ ਇੱਕ ਦਿਨ ਪੇਟ 'ਚ ਕਾਫੀ ਦਰਦ, ਚੈੱਕ ਕਰਾਉਣ ਗਏ, ਡਾਕਟਰ ਕਹਿੰਦਾ ਬੱਚੇ ਵਾਲੀ 'ਤੇ ਕੋਈ ਸੰਭਾਵਨਾ ਨਹੀਂ, ਉਹ ਤਾਂ ਆਪਾਂ ਬੱਚੇ ਨੇ ਤਾਂ ਰਿਮੂਵ ਕਰਤੀ ਇਹਦੀ। ਪਰ ਜਦੋਂ ਉਹ ਦੂਜੀਆਂ ਮਸ਼ੀਨਾਂ 'ਚ ਪਾਏ ਤਾਂ 2 ਜੋੜੇ ਬੱਚੇ ਬਿਨਾਂ ਹੀ ਬੱਚੇ ਦੰਦ ਤੋਂ 2 ਬੱਚੇ ਹੋਇਆ, ਐਸੇ ਸਾਲ 'ਚ ਹੋਏ, ਜਾ ਕੇ ਪੁੱਛ ਲਓ, ਬ੍ਰਹਮ ਕਵਚ ਦੀ ਕਿਰਪਾ ਸਾਰੀ। ਜੇ ਤੁਸੀਂ ਦਸਮ ਦੀ ਬਾਣੀ ਛੱਡੋਗੇ, ਤੁਸੀਂ ਫਿਰ ਖਾਲਸਾ ਨਹੀਂ। 2 ਚੀਜ਼ਾਂ ਦਿੱਤੀਆਂ ਨੇ ਸੰਤ ਤੇ ਸਿਪਾਹੀ। ਸੰਤ ਤਾਂ ਕਾਮਯਾਬ ਬਣ ਸਕਦਾ, ਪਰ ਫਿਰ ਸਿਪਾਹੀ ਨਹੀਂ ਬਣ ਸਕਦਾ। ਇਸ ਕਰਕੇ ਉਹ ਜਿਹੜਾ ਦੁਸ਼ਮਣ ਹੈ, ਉਹਨੇ ਦੇਖ ਲਿਆ ਵੀ ਇਹ ਚੀਜ਼ ਨੂੰ ਪਾਸੇ ਕਰਨ ਦੇ ਨਾਲ ਇਹਨਾਂ ਦੀ ਮੌਤ ਹੋ ਜਾਣੀ ਹੈ। ਇਹ 3 ਬਾਣੀਆਂ ਤਾਂਹੀਓ ਵਿੱਚੋਂ ਪਾਸੇ ਕਰਤੀਆਂ। ਉਹ ਜਿਹੜੇ ਪੁਰਾਣੇ ਸਿੰਘ ਸਿੰਘਣੀਆਂ ਦੀ ਯਾਦਗਾਰ ਅੱਜ ਮਨਾ ਰਹੇ ਹੈ, ਇਹਨਾਂ ਮਾਈਆਂ ਬੀਬੀਆਂ ਨੇ 1.25 ਮਣ ਦੇ ਪੀਸਣੇ ਪੀਸੇ। ਉਹ 5 ਬਾਣੀਆਂ ਪੜ੍ਹਦੇ ਸੀ ਬਈ, ਉਹ ਅਕਾਲ ਉਸਤਤ ਪੜ੍ਹਦੇ ਸੀ, ਉਹਨਾਂ ਨੂੰ 10 ਗ੍ਰੰਥੀ ਕੰਠ ਸੀ, 5 ਗ੍ਰੰਥੀ ਕੰਠ ਸੀ। ਬੱਚਿਆਂ ਦੇ ਟੋਟੇ ਟੋਟੇ ਕਰਕੇ ਨੇਜਿਆਂ ਤੇ ਟੰਗਵਾਏ, ਝੋਲੀਆਂ 'ਚ ਪਾਏ, ਗਲਾਂ 'ਚ ਹਾਰ ਪਾਏ, ਉਹ ਕੀ ਸੀ, ਉਹ ਪੁਰਾਤਨ ਨਿਤਨੇਮ ਵਾਲੇ ਸਿੰਘ ਸੀ ਸਾਰੇ। ਅੱਜ ਦਾ ਕੋਈ ਆ 3 ਬਾਣੀ ਵਾਲੇ ਮੈਨੂੰ ਸ਼ਹੀਦੀ ਦਿੱਤੀ ਕਿਸੇ ਨੇ, ਇਹ 1 ਦਾ ਨਾਮ ਵੀ ਦੱਸੋ। ਆ ਬਲੂ ਸਟਾਰ 'ਚ ਸ਼ਹੀਦੀਆਂ ਹੋਈਆਂ ਜਿਹੜੀਆਂ, ਇਹਨਾਂ 'ਚੋਂ ਕਿਹਨੇ ਸ਼ਹੀਦੀ ਦਿੱਤੀ? ਕਹਿੰਦੇ ਜੀ ਝਟਕਾ ਖਾਣਾ ਚਾਹੀਦਾ। ਝਟਕਾ ਖਾਣ ਵਾਲਾ ਬੰਦਾ ਤਾਂ ਮਰ ਹੀ ਨਹੀਂ ਸਕਦਾ, ਕਿਉਂ? ਪਹਿਲਾਂ ਬੱਕਰਾ ਪ੍ਰੇਮੀ, ਮੁਰਗਾ ਪ੍ਰੇਮੀ ਜਿਹੜਾ, ਉਹ ਮਰ ਸਕਦਾ ਕਿਤੇ? ਤੇ ਇਸ ਕਰਕੇ ਇਹ ਜਿਹੜਾ ਨਿਤਨੇਮੀ ਪ੍ਰੇਮੀ ਸੱਚੇ ਪਾਤਸ਼ਾਹ ਦੀ ਰਹਿਤ ਦਾ ਧਾਰਨੀ ਹੋਊਗਾ, ਉਹੀ ਸ਼ਹੀਦੀ ਦਊਗਾ। ਬੀਬੀ ਧਨਵੰਤ ਕੌਰ
ਜਿਹੜੇ ਆਪਾਂ ਕਹਿੰਦੇ ਮੀਰ ਮਨੂ ਦੀ ਜਿਹੜੇ ਚ ਬੀਬੀਆਂ ਨੇ ਸ਼ਹੀਦੀ ਪਾਈ, ਉਹਨਾਂ ਦੀ ਜਥੇਦਾਰਨੀ ਦਾ ਨਾਂ ਬੀਬੀ ਧਨਵੰਤ ਕੌਰ ਸੀ। ਮੈਨੂੰ ਇੰਗਲੈਂਡ ਇੱਕ ਸਿੰਘ ਨੇ ਇਹ ਗੱਲ ਦੱਸੀ, ਮੈਨੂੰ ਨਹੀਂ ਸੀ ਪਤਾ ਵੀ ਇਹ ਥਾਂ ਹੈ ਕਿੱਥੇ। ਗੱਲ ਚੱਲ ਪਈ ਕੁਦਰਤੀ, ਇੱਕ ਡਾਕਟਰ ਆਇਆ ਮੇਰੇ ਕੋਲੋਂ, ਬਸ ਇਹੀ ਚੀਜ਼ਾਂ ਦੇਖ ਕੇ ਦੱਸਦਾ ਸੀ, ਕਹਿੰਦਾ ਇੱਕ ਸਿੰਘ ਸੀ, ਕਹਿੰਦਾ ਉਹ ਕਹਿੰਦਾ ਐਂ ਸਟੇਸ਼ਨ 'ਤੇ ਖੜ੍ਹੇ ਰੇਲ ਗੱਡੀ ਨੂੰ ਉਡੀਕਣ, ਟ੍ਰੇਨ ਜਿਹੜੀ ਆਉਂਦੀ ਆ, ਅਤੇ ਉਹ ਜੀ ਕਹਿੰਦਾ ਮੇਰੀ ਲੱਤਾਂ 'ਤੇ ਐਂ ਲੱਗੇ ਮੈਂ ਕੋਈ ਸੋਟੀਆਂ ਮਾਰਦਾ, ਜ਼ੋਰ ਜ਼ੋਰ ਦੀ ਡਾਂਗਾ ਮਾਰਦਾ, ਕਹਿੰਦਾ ਦੇਖਿਆ ਤਾਂ ਨੀਲ ਪਏ ਹੋਏ ਲੱਤਾਂ 'ਤੇ। ਕਹਿੰਦਾ ਫਿਰ ਕਹਿੰਦਾ ਮੇਰਾ ਮੁੰਡਾ ਕਹਿੰਦਾ ਬਾਪੂ ਤੂੰ ਸ਼ਰਾਬ ਪੀਣ ਲੱਗ ਗਿਆ ਤਾਂ ਸ਼ਹੀਦ ਸਿੰਘ ਤਾਂ ਤੈਨੂੰ ਕੁੱਟਦੇ ਆ। ਗੱਲ ਚੱਲਦੀ ਚੱਲਦੀ ਨਿਕਲੇ, ਕਹਿੰਦੇ ਜਿਹੜੇ ਸਾਡੇ ਪਿੰਡ ਕਹਿੰਦਾ ਮੁਸ਼ਕੀਆਣਾ ਸਾਹਿਬ ਪੈਂਦਾ ਮੁੱਲਾਂਪੁਰ ਦੇ ਕੋਲ, ਕਹਿੰਦਾ ਉੱਥੇ ਅਸੀਂ ਲੰਘਦੇ ਹੁੰਦੇ ਸੀ, ਝਾੜੀਆਂ ਜਿਹੀਆਂ ਸੀ ਅਤੇ ਮੜੀਆਂ ਜਿਹੀਆਂ ਬਣੀਆਂ ਸੀ, ਕਹਿੰਦਾ ਜੇ ਉੱਥੇ ਕਿਸੇ ਬੰਦੇ ਨੇ ਪਿਸ਼ਾਬ ਕਰਨ ਰਾਤ ਨੂੰ ਬੈਠਣਾ ਕੋਈ ਸ਼ਰਾਬੀ ਲੰਘਣਾ, ਕਹਿੰਦਾ ਬੜੀ ਕੁੱਟ ਪੈਂਦੀ ਸੀ ਉਹਨੂੰ, ਕਹਿੰਦਾ ਨੀਲੇ ਬਾਣੇ ਵਾਲੇ ਸਿੰਘ ਦੇਖਦੇ ਸੀ ਉੱਥੇ। ਕਹਿੰਦਾ ਫਿਰ ਇਹ ਗੱਲ ਹੌਲੀ ਹੌਲੀ ਸਿਆਣਿਆਂ ਦੇ ਆਈ ਦਿਮਾਗ 'ਚ ਵੀ ਪਤਾ ਕਰੀਏ, ਫਿਰ ਪਤਾ ਕੀਤਾ ਅਤੇ ਉਹ ਥਾਂ ਜਦੋਂ ਸਾਰਾ ਪੱਟਿਆ ਥੱਲਿਓਂ ਟੋਏ ਵਿੱਚੋਂ ਨਿੱਘੇ ਨਿੱਘੇ ਬੱਚਿਆਂ ਦੇ ਪਿੱਛੇ ਹੱਥ ਬੰਨੇ ਹੋਏ ਅਤੇ ਪਿੰਜਰ ਮਿਲੇ ਬਹੁਤ ਸਾਰੇ ਬੀਬੀਆਂ ਦੇ ਬੱਚਿਆਂ ਦੇ। ਫਿਰ ਸਰਚ ਹੋਈ ਵੀ ਮੀਰ ਮਨੂ ਦਾ ਕੈਂਪ ਇੱਥੇ ਲੱਗਿਆ ਸੀ। ਫਿਰ ਉਹ ਸਾਰਾ ਗੁਰਦੁਆਰਾ ਸਾਹਿਬ ਬਣਾਇਆ, ਮੈਂ ਜਾ ਕੇ ਆਇਆ ਉੱਥੇ, ਉਹ ਕਹਿੰਦੇ ਸਾਰੀਆਂ ਹੱਡੀਆਂ ਕੱਢ ਕੇ ਇੱਥੇ ਰੱਖੀਆਂ ਸੀ, ਪਰ ਸਿੰਘ ਸਾਹਿਬਾਂ ਨੇ ਫੈਸਲਾ ਕੀਤਾ ਵੀ ਇਹ ਹੱਡੀਆਂ ਐਂ ਰੱਖਣੀਆਂ ਨਹੀਂ ਚਾਹੀਦੀਆਂ, ਆਪਾਂ ਨੂੰ ਜਲ ਪ੍ਰਵਾਹ ਕਰਨੀ ਚਾਹੀਦੀ। ਫਿਰ ਉਹ ਜਾ ਕੇ ਇਹ ਜਿਹੜੀਆਂ ਸਾਰੀਆਂ ਹੱਡੀਆਂ ਸੀ, ਜਿਵੇਂ ਚਮਕੌਰ ਸਾਹਿਬ ਦੇ ਸਿੰਘਾਂ ਦੀਆਂ ਸਾਰੀਆਂ ਹੱਡੀਆਂ ਜਿਹੜੀਆਂ ਸੀਗੀਆਂ ਕੀਰਤਪੁਰ ਸਾਹਿਬ ਲੈ ਗਏ, ਫਿਰ ਉਹ ਸਾਰੀਆਂ ਹੱਡੀਆਂ ਦਾ ਕੀਰਤਪੁਰ ਸਾਹਿਬ ਜਾ ਕੇ ਪਾ ਕੇ ਆਉਂਦੀਆਂ। ਮੇਰਾ ਕਹਿਣ ਤੋਂ ਭਾਵ ਅਸੀਂ ਇਹ ਕਹਿ ਰਹੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀ ਜਪੀ ਤਪੀ ਜਿਨ੍ਹਾਂ ਸਿੰਘਾਂ ਸਿੰਘ ਧਰਮ ਹੇਸ ਦੀ ਅਤੇ ਬੰਦ ਬੰਦ ਪਾਏ ਖੋਪਰੀਆਂ ਦਾ ਚਰਖੇ ਚੜ੍ਹੇ ਆਰਾਂ ਚਲਾ ਕੇ ਉਬਲਦਿਆਂ ਦੇ ਅੱਗੇ ਚੋਂ ਵੜ ਗਏ। ਇਹ ਕੌਣ ਸੀ? ਨਿਤਨੇਮੀ ਪ੍ਰੇਮੀ ਦਸਮ ਦੀ ਬਾਣੀ ਪੜ੍ਹਨ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ, ਸਾਰੇ ਰਹਿਤਵਾਨ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਆਪਾਂ ਉਹਨਾਂ ਦੀਆਂ ਮਨਾਈ ਜਾਂਦੇ। ਅੱਜ ਕੋਈ ਹੈ? ਅੱਜ ਕੋਈ ਪੰਥ ਲਈ ਕੁਰਬਾਨੀ ਕਰਨ ਨੂੰ ਕਿਉਂ ਤਿਆਰ? ਕਿਉਂਕਿ ਵਿੱਚੋਂ ਮੇਨ ਚੀਜ਼ ਤਾਂ ਖਿੱਚ ਲਈ, ਮੇਨ ਚੀਜ਼ ਖਿੱਚ ਲਈ ਅਤੇ ਪੱਲੇ ਕੱਖ ਨਹੀਂ ਹੈਗਾ। ਇਸ ਕਰਕੇ ਇਹ ਜਿਹੜੇ ਨੇ ਸਾਰੇ ਦਬੜੂ ਕੁਸੜੂ ਹੋ ਗਏ ਆ। ਦੁਬਾਰਾ ਜਿਉਂਦੀ ਜਾਗਦੀ ਤਸਵੀਰ ਪੈਦਾ ਕਰੋ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹੋ ਸਾਰੇ ਜਾਣੇ। ਪੰਜ ਬਾਣੀਆਂ ਦਾ ਨਿਤਨੇਮ ਤੱਕ, ਇਹ ਤਾਂ ਇਹ ਨਾ ਕਹੋ ਵੀ ਨਿਤਨੇਮ ਕੀਤਾ, ਇਹ ਤਾਂ ਕਰਨਾ ਹੀ ਕਰਨਾ, ਰਹਿ ਰਾਸ 16 ਤਾਂ ਪੜ੍ਹਨਾ ਹੀ ਹੈ। ਇਸ ਤੋਂ ਐਕਸਟਰਾ ਬਾਣੀਆਂ ਕਿੰਨੀਆਂ ਵੱਧ ਪੜ੍ਹ ਸਕਦੇ ਹੋ? ਦੇਖੋ ਪੁਰਾਣੇ ਸਿੰਘ ਪੰਜ ਗ੍ਰੰਥੀ ਰੋਜ਼ ਪੜ੍ਹਦੇ ਸੀ, 10 ਗ੍ਰੰਥੀ ਪੜ੍ਹਦੇ ਸੀ, ਅੱਜ ਤਾਂ ਬਹੁਤ ਥੱਲੇ ਚਲੇ ਗਏ। ਜੋ ਕੁਝ ਤੁਹਾਡਾ ਬਣਨਾ ਨਿਤਨੇਮ ਨਾਲ ਬਣਨਾ। ਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਸੰਗਤ ਮੈਂ ਇੰਨੇ ਸਾਲ ਕੀਤੀ ਹੈ, ਅਤੇ ਬਾਬਾ ਜੀ ਮੈਨੂੰ ਕਹਿ ਜਾਂਦੇ 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 ਦਸਮ ਬਾਣੀ ਨਹੀਂ ਇਹ ਮੰਨਣੀ ਨਹੀਂ, ਪੰਜ ਬਾਣੀਆਂ ਨਹੀਂ ਪੜ੍ਹਨੀਆਂ, ਤਿੰਨ ਪੜ੍ਹਨੇ। ਬਾਬਾ ਜੀ ਮੈਨੂੰ ਕਹਿ ਸਕਦਾ ਬ੍ਰਹਮ ਗਿਆਨ ਵਿੱਚ ਪੂਰਨ ਸੰਪੂਰਨ ਮਹਾਂਪੁਰਖ ਸੀ, ਉਹ ਪੂਰਾ ਚੜ੍ਹਦੀ ਕਲਾ ਵਾਲਾ ਸਿੰਘ ਸੀ। ਤੜਕੇ ਉੱਠ ਕੇ ਪੰਜਾਂ ਬਾਣੀਆਂ ਤੋਂ ਬਾਅਦ ਸ੍ਰੀ ਸਾਹਿਬ ਦੇ ਦਰਸ਼ਨ ਕਰਦੇ ਸੀ। ਜਦੋਂ ਬਾਬਾ ਮਹਾਂਪੁਰਸ਼ਾਂ ਵਾਲੇ ਮੋਰਚੇ ਵਿੱਚ ਗਏ, ਬਾਬਾ ਜੀ 80,000 ਦੀ ਥੈਲੀ ਲੈ ਕੇ ਗਏ ਆ, ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਬਿਰਧੋਂ ਨਾ ਜਾਓ। ਕਹਿੰਦੇ ਕਿਉਂ? ਮੈਂ ਨਹੀਂ ਪੰਥ ਦੀ ਸੇਵਾ ਕਰਨੀ। ਬਾਬਾ ਜੀ ਜੇਲ੍ਹ 'ਚ ਵੀ ਗਏ ਪੰਥ ਵਾਸਤੇ। ਇਸ ਕਰਕੇ ਸਾਧ ਸੰਗਤ ਜੀ, ਏਡੇ ਏਡੇ ਮਹਾਂਪੁਰਖ ਪੰਥ ਵਿੱਚ ਪਹਿਲਾਂ ਜਦੋਂ ਹੋਏ ਨੇ, ਬਾਬਾ ਜਰਨੈਲ ਸਿੰਘ ਜੀ ਖਾਲਸਾ, ਸੰਤ ਕਰਤਾਰ ਸਿੰਘ ਜੀ, ਸੰਤ ਗੁਰਬਚਨ ਸਿੰਘ ਜੀ ਖਾਲਸਾ, ਸਾਰੇ ਮਹਾਂਪੁਰਖਾਂ ਕਿਹਦਾ ਕਿਹਦਾ ਨਾਂ ਲਵਾਂ, ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ, ਹੋਰ ਬਾਬੇ ਸਾਦੀ ਸਿੰਘ ਜੀ, ਹੋਰ ਸਾਰੇ ਰਲਾ ਕੇ ਇੱਕ ਦੇ ਮੂੰਹ 'ਚੋਂ ਵੀ ਸੁਣਿਆ ਕਦੇ ਦਸਮ ਦੀ ਬਾਣੀ ਨਹੀਂ। ਅਤੇ ਆਹ ਜਿਹੜੇ ਅੱਜ ਚਾਰ ਉਠਕੜੇ ਖਰੀਦੇ ਹੋਏ ਬੰਦੇ, ਇਹ ਕਹੀ ਜਾਂਦੇ ਐਂ ਨਹੀਂ ਆਉਣੀ, ਇਹ ਤੁਹਾਨੂੰ ਸਾਰੇ ਗੁੰਮਰਾਹ ਕਰ ਰਹੇ ਨੇ।